ਕੋਸ ਨਹੀਂ ਕੰਮ ਆਇਆ ਠੰਡ ਚ ਤਾਂ ਹੱਥ ਵੀ ਨਹੀਂ ਖੋਲ ਸਕਦੇ ਚੱਲ ਵੀਰੇ ਮੈਂ ਤਾਂ ਜਾਣੀ ਆ ਕੱਲ ਦੀ ਆਈ ਹੋਈ ਆ ਘਰੇ ਵੀ ਡੀਕਦੇ ਹੋਣੇ ਹੁਣ ਤਾਂ ਉਹ ਜਾਵਣੀ ਕੋਈ ਨਹੀਂ ਧੁੱਪ ਤਾਂ ਨਿਕਲਿਆ ਹੁੰਦੇ ਮੜੀ ਧੁੱਪ ਤਾਂ ਨਿਕਲਦੀ ਨਹੀਂ ਆਈ ਹੱਥ ਨੂੰ ਹੋ ਜੂਗਾ ਮੈਨੂੰ ਇੱਥੇ ਹੀ ਉਹ ਨਾਲੇ ਆਏ ਕਰੀ ਜਾਂਦੀ ਹੋਈ ਹਰਪ੍ਰੀਤ ਨੂੰ ਲੈ ਜੀ ਨਾਲ ਲੈ ਕੱਲ ਤਾਂ ਇੰਨਾ ਕਲੇਸ਼ ਕਰਕੇ ਆਇਆ ਹੁਣ ਹਰਪ੍ਰੀਤ ਨੂੰ ਨਾਲ ਲੈ ਜੀ ਓ ਮੈਨੂੰ ਤਾਂ ਯਾਰ ਉਹਦੇ ਤਰਸਾਂ ਦਾ ਵਿਚਾਰੀ ਤੇ ਕਿਉਂ ਉਹਦੇ ਤੋਂ ਗਿਣ ਗਿਣ ਬਦਲੇ ਲੈ ਜਾਂਦਾ ਸ ਅਗਲੇ ਪਿਛਲੇ ਜਨਮ ਦਾ ਵਹਿਰਾਤਰਾ ਕੋਈ ਉਹਦੇ ਨਾਲ ਓਏ ਨਾਲੇ ਉਹ ਤੇ ਕਿਹੜਾ ਕੋਈ ਵੱਜ ਜਾਗੀ ਵੀ ਵਿਆਹ ਨਹੀਂ ਹੋਣਾ ਅਸਤੇ ਇੱਕ ਵਾਰੀ ਮਸਾਂ ਵਿਆਹੀਆ ਨਾਲੇ ਵੀਰੇ ਤੈਨੂੰ ਪਤਾ ਸਾਡਾ ਡਾ ਕਿੱਡਾ ਕਾਰੋਬਾਰ ਆ ਆਪਦੇ ਖਰਚੇ ਮਸਾਂ ਪੂਰੇ ਹੁੰਦੇ ਆ ਮੇਰੇ ਘਰ ਦੇ ਧੀ ਜਵਾਨ ਹੋਈ ਜਾਂਦੀ ਆ ਕੱਲ ਨੂੰ ਉਹਦੇ 100 ਖਰਚੇ ਆ ਇਹ ਆ ਕੇ ਮੁੜ ਕੇ ਸਾਡੇ 바ਰ ਚ ਬਹਿ ਜੂਗੀ ਓਏ ਨਹੀਂ ਨਹੀਂ ਐ ਨਹੀਂ ਹੁੰਦਾ ਜੇ ਤੇ ਰੀਤੀ ਜਵਾਨ ਹੋ ਜਾਂਦੀ ਆ ਉਹਦਾ ਵੀ ਆਪ ਹੀ ਹੱਲ ਹੋਊਗਾ ਰੱਬ ਨਹੀਂ ਕਰਨਾ ਸਾਰਾ ਕੁਝ ਹਲਸਤਾ ਕਰਤਾ ਸੀ ਵਿਆਹ ਤੀ ਇਹ ਤਾਂ ਬੁੜੀ ਦੇ ਹੱਥ 'ਚ ਹੀ ਹੁੰਦਾ ਵੀ ਘਰ ਨੂੰ ਕਿਵੇਂ ਬਸਾਉਣਾ ਲੈ ਐ ਤੇਰਾ ਵੀਰਾ ਕਿਹੜਾ ਮੈਨੂੰ ਕੁਛ ਕਹਿੰਦਾ ਨਹੀਂ ਜਾ ਉਹ ਪੀਂਦਾ ਨਹੀਂ ਹੈਗਾ ਪਰ ਬੁੜੀ ਦੇ ਹੱਥ 'ਚ ਹੁੰਦਾ ਵੀ ਘਰ ਨੂੰ ਕਿਵੇਂ ਬਸਾਉਣਾ ਤੇ ਕਿਵੇਂ ਆਪਦੇ ਬੰਦੇ ਨੂੰ ਰੱਖਣਾ ਓਏ ਆਏ ਹੁਣ ਕਿਹੜਾ ਵਿੱਚ ਪੜਿਆ ਜਾਂਦਾ ਹੁੰਦਾ ਇਹ ਤਾਂ ਫਿਰ ਤਾਂ ਕੱਬੀ ਨਾ ਜ ਐ ਪਤਾ ਲੱਗਿਆਂਦਾ ਬੰਦੇ ਦਾ ਵੀ ਇਹੋ ਜਿਹਾ ਨਿਕਲੂ ਨਸ਼ੇੜੀ ਫਿਰ ਉਹੀ ਤਾਂ ਗੱਲ ਪਤਾ ਇੰਨਾ ਪਰ ਹੁਣ ਤਾਂ ਉਹਨੂੰ ਪਤਾ ਲੱਗ ਗਿਆ ਉਸ ਉਸ ਹਾਵਣਾ ਰਹਿਲੇ ਭਾਈ ਜਦੋਂ ਉਹਨਾਂ ਅੱਗੇ ਬੋਲਦੀ ਆ ਉਹਨ ਉਹ ਨਹੀਂ ਨਹੀਂ ਬੋਲਦੀ ਕਹਿੰਉਣਾ ਕੁਸਤਾ ਗੱਲਾਂ ਕੋਲੀ ਬਣਾ ਲੈਂਦਾ ਲਾ ਐਂ ਕਹਿੰਦਾ ਵੀ ਯਾਰ ਐਂ ਕਰਦੇ ਮੈਨੂੰ ਨਹੀਂ ਪਤਾ ਬਾਈ ਦੇਖ ਇਹ ਤਾਂ ਹਰਪੀ ਦੇ ਉੱਤੇ ਆ ਵੀ ਉਹਨੇ ਕੀ ਕਰਨਾ ਕੀ ਨਹੀਂ ਕਰਨਾ ਪਰ ਮੈਂ ਆਪਦੇ ਘਰੇ ਨਹੀਂ ਉਹਨੂੰ ਵਾੜਦੀ ਹੁਣ ਲੈ ਦੱਸ ਹੋਰ ਕਿੱਧਰ ਜਾਊਗੀ ਉਹ ਤੂੰ ਕਹਿੰਦੀ ਆ ਮੈਂ ਘਰੇ ਨਹੀਂ ਵਾੜਦੀ ਉਧਰ ਉਹ ੱਟਕੇ ਮਰੀ ਜਾਂਦੇ ਆ ਘਰੇ ਬੈਠੇ ਨੂੰ ਉਹ ਕਿਹੜਾ ਖੁਸ਼ੀ ਨਾਲ ੱਟਕੇ ਮਾਰਦੇ ਆ ਆਪਦੇ ਕਰਤੂਤੀ ੱਟਕੇ ਖਾਂਦੀ ਆ ਚਲ ਇਹ ਸਹੀ ਗੱਲ ਧੀ ਰਹੀ ਹੁਣ ਤੂੰ ਕੋਈ ਗੱਲ ਨਹੀਂ ਇਹ ਤੋਂ ਬਾਅਦ ਫਿਰ ਮੈਂ ਆਪਦੇ ਹਿਸਾਬ ਨਾਲ ਦੇਖੂਗਾ ਨਾ ਕੀ ਆਪਦੇ ਹਿਸਾਬ ਨਾਲ ਦੇਖੇਗਾ ਤੇਰੇ ਨਾਲ ਨਹੀਂ ਗੱਲ ਕਰਦਾ ਇਹ ਤੁਮਾਂ ਸਿੱਧਾ ਜਾਊਂਗਾ ਘਰੇ ਮੈਂ ਮੈਂ ਤਾਂ ਸਾਰਾ ਕੁਝ ਲੁਕੋ ਕੇ ਰੱਖਿਆ ਉਹਨਾਂ ਤੋਂ ਤੇ ਤੂੰ ਜਾ ਕੇ ਸਾਰਾ ਕੁਝ ਦੱਸਈ ਉਹਨਾਂ ਨੂੰ ਨਹੀਂ ਨਹੀਂ ਵਿਨੈਂਦਰ ਤਾਂ ਸਾਰਾ ਕੁਝ ਪਤਾ ਲੱਗ ਹੀ ਜਾਂਦਾ ਹੁੰਦਾ ਇੱਕ ਨਾ ਇੱਕ ਦਿਨ ਮੂਰੇ ਆਊਗਾ ਜਿਹੜਾ ਕੁਝ ਕੀਤਾ ਚੱਲ ਜੇ ਤੂੰ ਬਾਹਲਾ ਕਰੀ ਜਾਂਨਾ ਜੇ ਤਾਂ ਉਹ ਕਹਿੰਦੇ ਆ ਵੀ ਅਸੀਂ ਸਾਰੇ ਕਾਸੇ ਚੋਂ ਹਰਪ੍ਰੀਤ ਨੂੰ ਅੱਧਾ ਦੇਵਾਂਗੇ ਫਿਰ ਤਾਂ ਆਪਾਂ ਦਾ ਤਲਾਕ ਕਰਵਾ ਕੇ ਉਹਨੂੰ ਮੈਂ ਘਰੇ ਲਿਆਉਂਗੀ ਤਾਂ ਕਿਤੇ ਹੋਰ ਵਿਆਹ ਦਾਂਗੇ ਜੇ ਉਹ ਭਈ ਕਹਿੰਦੇ ਆ ਵੀ ਅਸੀਂ ਅੱਧਾ ਦਿੰਦੇ ਨਹੀਂ ਫਿਰ ਆਪਦਾ ਉੱਥੇ ਹੀ ਬੈਠੀ ਰਵੇ ਚਲ ਉਹਦਾ ਗੱਲ ਕਰ ਲਾਂਗੇ ਕੋਈ ਗੱਲ ਨਹੀਂ ਤੂੰ ਇੰਨੀ ਦਿੱਤੀ ਕਿਉਂ ਹੀ ਬੈਠੀ ਆ ਬਸ ਠੀਕ ਐ ਜੇ ਤੂੰ ਬਾਹਲਾ ਐਂਜ ਕੀਤਾ ਨਾ ਮੈਂ ਕੋਈ ਪੱਖ ਨਹੀਂ ਲੈਂਦਾ ਜਨਮ ਤੂੰ ਹੁਣ ਜਾਨੀ ਆ ਮੈਂ ਤਾਂ ਜਾਨੀ ਆ ਚੜਵਾ ਕੇ ਆਈਂ ਅੱਡੇ ਤੱਕ 100 ਰੁਪਏ ਪਛੰਡਾ ਨਹੀਂ ਮੈਂ ਤਾਂ ਨਹੀਂ ਪੀਣੀ ਚਾ ਜਦੋਂ ਮੈਂ ਅੱਡੇ ਤੱਕ ਚੜਾਇਆ ਜਾ ਚਾਲ ਅਰੇ ਮੈਂ ਤੂੰ ਹੀ ਨਹੀਂ ਦਿਖਾ ਲੈਣਾ ਪਤਾ ਨਹੀਂ ਕਿੱਥੇ ਨਿਕਲਿਆ ਉਜੜਿਆ ਜਾਣਾ ਹੈ ਰਾਤ ਦੀ ਡੀਕੀ ਜਾਨੀ ਆ ਵੀ ਦਫੇ ਹੋਣਾ ਤੂੰ ਘਰੇ ਤਾਂ ਆ ਜਾ ਘਰ ਦੀ ਤਾਂ ਸੁਧ-ਬੁੱਧ ਲੈ ਲੈ ਕੋਈ ਇਹਦਾ ਭੋਰਾ ਹੀ ਫਿਕਰ ਨਹੀਂ ਨਾ ਕਿੱਥੇ ਨਿਕਲਿਆ ਸੀ ਤੂੰ ਰਾਤ ਦਾ ਤੈਨੂੰ ਸ਼ਰਮ ਸੰਗ ਹੈਗੀ ਕਾ ਨਾ ਘਰ ਦਾ ਤਾਂ ਤੈਨੂੰ ਭੋਰਾ ਹੀ ਫਿਕਰ ਨਹੀਂ ਡਰਪਾ ਹੋਇ ਨਹੀਂ ਕਿਸੇ ਦਾ ਤੈਨੂੰ ਉਹ ਬੇਬੇ ਕਿਉਂ ਬੋਲੀ ਜਾਨੀਆ ਸਿਰ ਪਾਟੀ ਜਾਂਦਾ ਰਾ ਦਾਰੂ ਵਾਲੇ ਪੀਲੇ ਤੇ ਨਾ ਝੁਲਸਦਾ ਦਾਰੂ ਪਤਾ ਹੀ ਨਹੀਂ ਲੱਗਿਆ ਉਥੇ ਖਾਲਚੀ ਪਿਆ ਰਹਾ ਮਾਦਾ ਸਾਰੇ ਉੱਠ ਕੇ ਆ ਗਏ ਹੁਣ ਪਤਾ ਲੱਗਿਆ ਵੀ ਦਿਨ ਚੜ ਗਿਆ ਆਹੋ ਉੱਜੜ ਜਾਣਾ ਤੈਨੂੰ ਕਾਹਨੂੰ ਪਤਾ ਲੱਗਦਾ ਕਿਸੇ ਗੱਲ ਦੀ ਤੈਨੂੰ ਹੈ ਕੋਈ ਵਿੜਕਾ ਉਹ ਮੇਰੇ ਤਾਂ ਬੂਟ ਵੀ ਕੁੱਤੇ ਲੈ ਕੇ ਉਥੋਂ ਚੱਕ ਕੇ ਵਧੀਆ ਹੋਇਆ ਤੇਰੇ ਨਾਲ ਐ ਹੀ ਹੋਣੀ ਚਾਹੀਦੀ ਐ ਸਿਰ ਪਾਟੀ ਜਾਂਦਾ ਕੋਈ ਗੋਲੀ ਦੇ ਦੇ ਗੋਲੀ ਤੈਨੂੰ ਫੇਰ ਦੇ ਆਉਂਗੀ ਪਹਿਲਾਂ ਜਿਹੜੀ ਗੱਲ ਮੈਂ ਕਹਣੀ ਉਹਦੇ ਧਿਆਨ ਕਰ ਉਹ ਕੀ ਆ ਬੇਬੇ ਕੀ ਕਹਿਨੀ ਆ ਤੂੰ ਵੇ ਕੱਲੋਂ ਆਏ ਸੀ ਲੈਣ ਉਹਨੂੰ ਹਰਪ੍ਰੀਤ ਨੂੰ ਇਹਨਾਂ ਨੇ ਕਹਿਤਾ ਸੀ ਭਾਈ ਲੈ ਜਾ ਲੈ ਗਏ ਵੱਡੇ ਗਏ ਜੂੜ ਮੇਰੀ ਗੱਲ ਤਾਂ ਪੂਰੀ ਸੁਣਦਾ ਨਹੀਂ ਕਿੱਥੋਂ ਲੈ ਗਏ ਉਹ ਤਾਂ ਐਡੀ ਚੰਟ ਤੀਵੀਂ ਆਉਦੀ ਪਰਜਾਈ ਤਾਂ ਕਹਿੰਦੀ ਮੈਂ ਨਹੀਂ ਲੈ ਕੇ ਜਾਂਦੀ ਕਹਿੰਦੀ ਅੱਧ ਲਊਂਗੀ ਕਰੇ ਜੋ ਲਊ ਅੱਧਾ ਜ਼ਮੀਨ ਚੋਂ ਤੇ ਨਾਲੇ ਘਰ ਚੋਂ ਉਹਨੂੰ ਦੇ ਹੀ ਨਾ ਤੇ ਕਿ ਅੱਧ ਮਤਾਏਗਾ ਨਾ ਉਹਨੂੰ ਕਹ ਅੱਧ ਕਾਦਾ ਲੈਗੇ ਆ ਦੀ ਕੁੜੀ ਜੀ ਨੂੰ ਲੈ ਜਾ ਕੀ ਕਰਾਉਣਾ ਤੋ ਅਸੀਂ ਇੱਥੇ ਬੇ ਬਥੇਰਾ ਮੱਖਾ ਮਾਰਿਆ ਉਹਨਾਂ ਨੇ ਮੈਂ ਵੀ ਕਿਹਾ ਵੀ ਭਾਈ ਇਹਦਾ ਅੱਧ ਕਾਦਾ ਬਣਦਾ ਕੋਈ ਜਵਾਕ ਨਹੀਂ ਜੱਲਾ ਨਹੀਂ ਇਕੱਲਾ ਵਿਆਹੀ ਨਹੀਂ ਆਈ ਇਸ ਘਰ ਚੇ ਉਹ ਐਵੇਂ ਮਰੀ ਜਾਂਦੇ ਆ ਜਵਾ ਕੋਈ ਨਹੀਂ ਕਰ ਲਾਂਗੇ ਹਿਸਾਬ ਚ ਲਾਡੀ ਕੀ ਕਹਿੰਦੇ ਲਾਡੀ ਨੇ ਕੀ ਕਹਿਣਾ ਲਾਡੀ ਤਾਂ ਕੁਝ ਨਹੀਂ ਬੋਲਿਆ ਲਾਡੀ ਤਾਂ ਕਹਿੰਦਾ ਇਹਨੂੰ ਲੈ ਜਾਓ ਲਾਡੀ ਦੇ ਤਾਂ ਇੱਕ ਨਹੀਂ ਸੁਣੀ ਨਾਲੇ ਰਾਜਪਾਲ ਸਿੰਘ ਨਾਲ ਉਹ ਮੈਨੂੰ ਤਾਂ ਐ ਲੱਗਦਾ ਪਹਿਲਾਂ ਲੱਤ ਰਾਜਪਾਲ ਦੀ ਤੋੜਨੀ ਪਊ ਉਹ ਵਾਲੀ ਸ਼ਾਇਦ ਹੁੰਦਾ ਮੈਂ ਅੱਲਾ ਦਾ ਇਹ ਸਾਰੀਆਂ ਉਂਗਲਾਂ ਹੀ ਰਾਜਪਾਲ ਨੇ ਲਾਈਆਂ ਮੈਨੂੰ ਤਾਂ ਲੱਗਦਾ ਉਹਨੂੰ ਉਹਦੀ ਪਰਜਾਈ ਨੂੰ ਓਏ ਉਹ ਇੰਨੇ ਵਾਲੇ ਕਿੱਥੇ ਆ ਜੇ ਇੰਨੇ ਵਾਲੇ ਹੁੰਦੇ ਅੱਜ ਨੂੰ ਲੈਂਦੇ ਸਾਰ ਇਹਦੀ ਆ ਕੇ ਰਾਜਪਾਲ ਹੀ ਭਰਦਾ ਕਰਨ ਉਹਦੇ ਇਹਦਾ ਮਾੜਾ ਮੋਟਾ ਹੈਗਾ ਹੁਣ ਆ ਜਾਣਾ ਜਾਂ ਜਾ ਉੱਥੇ ਤਸਵੀਰ ਚ ਇਹ ਕਰਾਉਂਦਾ ਸਾਰੇ ਕੰਮ ਆਈ ਤਾਂ ਬਥੇਰੇ ਕਿਹਾ ਸੀ ਉਹਦੀ ਪਰਜਾਈ ਨੂੰ ਵੀ ਭਾਈ ਉਸ ਦਿਨ ਤੇ ਤਾਂ ਤੂੰ ਆਕੇ ਨਹੀਂ ਖੜੀ ਅੱਜ ਤੂੰ ਅੱਧ ਲੈਣ ਵਾਰੀ ਆ ਗਈ ਅੱਜ ਤੈਨੂੰ ਦਿਸ ਗਈ ਤੇਰੀ ਇਹ ਨਣਦ ਓਹੀ ਮਾਰਨਾ ਫੂਬੇੜਾ ਬੈਠੇ ਵਾਲਾ ਰਾਜਪਾਲ ਪਹਿਲਾਂ ਹੁਣ ਮੈਨੂੰ ਤਾਂ ਇਹ ਫਿਕਰ ਲੱਗਿਆ ਪਿਆ ਵੀ ਜੇ ਉਹਨਾਂ ਨੇ ਅੜੀ ਕਰਕੇ ਇਹਨੂੰ ਅੱਧ ਲੈ ਲਿਆ ਇਹਦਾ ਤੇ ਆਪਾਂ ਕਿੱਧਰ ਜਾਵਾਂਗੇ ਜਿਹੜੀ ਗੱਲ ਨੂੰ ਰੋਣੇ ਆ ਕਿਤੇ ਉਹ ਪੂਰੀ ਨਾ ਹੋ ਜੇ ਓਏ ਕਿਹੜਾ ਪਾਤਰ ਕੇ ਕੁਲੇ ਆ ਵੀ ਉਹਦੀ ਦੇ ਦੇਣਗੇ ਅੱਧ ਇਹ ਤਾਂ ਹੱਕਦੇ ਆ ਥੱਲੇੋਂ ਕੱਢਦੇ ਫਿਰਦੇ ਆ ਦੇ ਕੱਢਦੇ ਤਾਂ ਫਿਰਦੇ ਆ ਫਿਰ ਉਹ ਲੈ ਕੇ ਤਾਂ ਨਹੀਂ ਗਈ ਇੱਥੀ ਐ ਚਲ ਕੋਈ ਨਹੀਂ ਹੋਰ ਲਾ ਲਾਂਗੇ ਸਕੀਮ ਕੋਈ ਤੂੰ ਬਈ ਇੱਕ ਹੀ ਗੱਲ ਫੜ ਲੈਣੀ ਹੁੰਦੀ ਆ ਬੇਬੇ ਆਏ ਥੋੜਾ ਜਿਹਾ ਉਹ ਘੜਾ ਅੱਜ ਹੀ ਬੇ ਦੇ ਦੇਣਗੇ ਵੰਡ ਕੇ ਅੱਧ ਕੋਈ ਨਹੀਂ ਮੈਂ ਲਾਡੀ ਨਾ ਕਰੂੰਗਾ ਗੱਲ ਭਰ ਦੂੰ ਉਹਨੂੰ ਮੈਂ ਬੇ ਮੈਂ ਤਾਂ ਮੱਚੀ ਪਈ ਆ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਮੈਂ ਤਾਂ ਅਸੀਂ ਸੋਚੀ ਗਈ ਵੀ ਹੁਣ ਬਣੂੰਗਾ ਕੀ ਉਹ ਮੈਂ ਤਾਂ ਇੰਨਾ ਭਰ ਕੇ ਤੋੜਿਆ ਸੀ ਲਾਡੀ ਨੂੰ ਇਸੇ ਖੁਸ਼ੀ 'ਚ ਤਾਂ ਮੈਂ ਦਾਰੂ ਪੀ ਕੇ ਉੱਥੇ 4-5 ਵਾਂ ਹੋਰ ਸਾਦਲੇ ਨਾਲੇ ਪੈਸੇ ਲਟਾ ਦੇ ਨਾਲੇ ਕੰਮ ਨਹੀਂ ਹੋਇਆ ਲੈ ਦੇਖ ਲੈ ਬੇ ਤੈਨੂੰ 20 ਵਾਰਾ ਕਿਹਾ ਆਪ ਝੋਲਸ ਲੈਣਾ ਉਹਨੂੰ ਪਿਆ ਕਰ ਸਾਰੀ ਉਹ ਪਹਿਲਾਂ ਮੈਨੂੰ ਖੁਸ਼ੀ ਵਾਲੀ ਹੋ ਜਾਂਦੀ ਆ ਵੱਟਾ ਪਿੱਕ ਮਾਰਵਾ ਇਹਨਾਂ ਮੈਂ ਪਹਿਲਾਂ ਹੀ ਆਹੋ ਤੈਨੂੰ ਹੋ ਜਾਂਦਾ ਨਾ ਹੋ ਜਾਂਦਾਂਗਾ ਵਰਗਾ ਕੱਢਣ ਨੂੰ ਨਹੀਂ ਪਾਉਣ ਨੂੰ ਨਹੀਂ ਕੁਛ ਕੀਤਾ ਉਹ ਜਮਾਂ ਘਰੇ ਆ ਜਾਂਦਾ ਚੀਕਾ ਵੀ ਮਾਰਦਾ ਮੈਂ ਆ ਕੇ ਉਹਦਾ ਉੱਥੇ ਰਹਿ ਗਿਆ ਤੂੰ ਸ਼ੁਕਰ ਕਰ ਨਹੀਂ ਪਤਾ ਵੀ ਲੱਗ ਜਾਂਦਾ ਇਹਨਾਂ ਨੂੰ ਵੀ ਇਹ ਕਰ ਤੇ ਆ ਕੇ ਤੋੜਦੇ ਆ ਲਾਡੀ ਨੂੰ ਨਾਲੇ ਖੁਸ਼ੀ ਮਨਾਉਂਦੇ ਸਾਡੀ ਗੱਲ ਦੀ ਹੁਣ ਕੋਈ ਸੋਚ ਗੱਲ ਐ ਚੱਲ ਕੋਈ ਨਹੀਂ ਮੈਂ ਤੂੰ ਐ ਕਰ ਗੋਲੀ ਦੇ ਦੇ ਨਾਲੇ ਚਾਹ ਕਚੂ ਕਰ ਦੇ ਕੋਈ ਨਹੀਂ ਮੈਂ ਲਾਡੀ ਨਾ ਕਰੂੰ ਗੱਲ ਹੁਣ ਤਾਂ ਬੱਸੋਂ ਬਾਹਰ ਹੁੰਦੀ ਜਾਂਦੀ ਆ ਗੱਲ ਮੈਂ ਉਹਨੂੰ ਐ ਕਹਿ ਦੂੰ ਮੈਨੂੰ ਜਾਦਾ ਐ ਕਰ ਚਾਚੀ ਦੇ ਨਾਂ ਕਰਾ ਦੇ ਜ਼ਮੀਨ ਫੇਰ ਕਾਦੇ ਜੋ ਅਦਲ ਨੂੰ ਜਿਹੜਾ ਲਾਡੀ ਦੇ ਨਾਂ ਹੂ ਉਹਦੇ ਚ ਹੀ ਲੈ ਕੇ ਜਾਊਗਾ ਅੱਦ ਮਾਂ ਵਾਲੇ ਜੇ ਤਾਂ ਨਹੀਂ ਲੈ ਜੂ ਉਹ ਜਾਂ ਮੈਂ ਬਰਿਆਤ ਰਿਆ ਕੇ ਜੇ ਚੜ ਗਿਆ ਉਂਗਲ ਤੇ ਮੈਂ ਕਿਉਂ ਕੇਰਾ ਸਾਡੇ ਨਾਂ ਕਰਾ ਦੇ ਜਦੋਂ ਤੇਰਾ ਨਿਬੜਨ ਬੜਾ ਹੋ ਗਿਆ ਅਸੀਂ ਤੈਨੂੰ ਕੁੱਠੀ ਮੋੜ ਦੇਣੀ ਹਾਂ ਆਹ ਗੱਲ ਤੂੰ ਕੀਤੀ ਆ ਆ ਸਹੀ ਆ ਚਾਚੀ ਵਾਲੀ ਵੀ ਨਾ ਕਹੀ ਉਂਗਲਾਂ ਤੇ ਚੜ ਜੂ ਉਹਦਾ ਮਿੰਟ ਚ ਮੋਟੇ ਰਾਮ ਲੱਗ ਜਾ ਉਹ ਮੈਂ ਕਹੇ ਤੇਰੇ ਨਾਂ ਕੁਛ ਉਹ ਘੇਰੀ ਲੈ ਕੇ ਜਾਗੇ ਤੂੰ ਮੇਰੇ ਨਾਂ ਕਰਾ ਦੇ ਕਹਤਾਈ ਅਸੀਂ ਤਾਂ ਜ਼ਮੀਨ ਦੇ ਪੈਸੇ ਦੇਣੇ ਸੀ ਕਾ ਅਗਲੇ ਨੇ ਲੈ ਲਈ ਉਹੀ ਤਾਂ ਗੱਲ ਆ ਮੈਨੂੰ ਐਂ ਕਹ ਦੂੰ ਮੈਂ ਕਿਉਂ ਰੁਪਈਆ ਰੱਖ ਲੈ 2000 ਆ ਆ ਇਹ ਗੱਲ ਠੀਕ ਹੈ ਤੇ ਨਹੀਂ ਮੈਂ ਉਹ ਚ ਉਂਗਲ ਦੀ ਆ ਜਿਹੜਾ ਉਹ ਵੀ ਮੇਰੇ ਨਾਂ ਕਰਾ ਦੇ ਮੈਂ ਕਿਹੜਾ ਲੈ ਕੇ ਭੱਜਿਆ ਜਾਣਾ ਤੂੰ ਬਾਹੀ ਵੀ ਜਾਈ ਬਟਨਾ ਬਟਾ ਕਿਹੜਾ ਕਿਸੇ ਪਾਸੇ ਜਾਣੀ ਆ ਜੀ ਵੀ ਮੇਰੇ ਕੋਲ ਹੀ ਕਹੀ ਜਾਣਾ ਜੇ ਉਹਦੇ ਕੰਨਾਂ 'ਚ ਭਰੇਗਾ ਜੇ ਲਵਾਊਗਾ ਫੇਰ ਹੀ ਐ ਉਹ ਕਹੂਗੀ ਹੁਣ ਗਿਰ ਮੇਰਾ ਸਿਰ ਤਾਂ ਹਟ ਜੇ ਰਾਤ ਵਾਲੀ ਦਾ ਉੱਤਰ ਹੀ ਨਹੀਂ ਆਥਾਂ ਦਾ ਫੇਰ ਸੰਸਾ ਹੁੰਦਾ ਜਾਂਦਾ ਮੈਨੂੰ ਨਹੀਂ ਲੱਗਦਾ ਰੁਪਏ ਲੈ ਜਾਣਾ ਲਿਆ ਮਾਂ ਇੰਨੇ ਰੁਪਏ ਦੇ ਮੈਂ ਕੰਮ ਕਰ ਦੂੰ ਇੰਨੇ ਰੁਪਏ ਦੇ ਕੋਈ ਕੰਮ ਨਹੀਂ ਕਰਦਾ ਉਹ ਜਮੀਨ ਵੀ ਕਰੋੜ ਦੀ ਆ ਰੁਪਏ ਤਾਂ ਲੱਗਣਗੇ ਜੇ 5-10 ਹਜ਼ਾਰ ਲੱਗਿਆ ਫੇਰ ਦੱਸ ਕੀ ਪਰ ਲੋ ਆਗੀ ਜਦੋਂ ਜ਼ਮੀਨ ਆ ਉਹ ਫੇਰ ਹੀ ਹੌਸਲਾ ਹੋਊਗਾ ਹੁਣ ਤਾਂ ਹੌਸਲਾ ਡਿੱਗਿਆ ਪਿਆ ਉਹ ਨਹੀਂ 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 ਆਏ ਨਹੀਂ ਜਾਂਦਾ ਮੈਂ ਕਰੋੜਾਂ ਦੀ ਜ਼ਮੀਨ ਐਵੇਂ ਮਰੀ ਜਣੀਆ ਤੂੰ ਤੈਨੂੰ ਕੀ ਪਤਾ ਆਹਨ ਦੇ ਹੱਥ ਨੇ ਲਾਡੀ ਨੂੰ ਹੋਰ ਲੱਗ ਜੂ ਬੋਤਲ ਮੇਰੀ ਦਾ ਹੁਣ ਜੇ ਤੈਨੂੰ ਝਾਕੂ ਨਾ ਵੀ ਆਹ ਲਾਲ ਚ ਦੇ ਕੇ ਪੀਏ ਹੋਰ ਲੱਜੂ ਹੁਣ ਤੈਨੂੰ ਪੰਜੀ ਨਹੀਂ ਦਿੰਦੀ ਆਪਦਾ ਕਮਾ ਕੇ ਕੁਛ ਮਰਜ਼ੀ ਕਰ ਓਏ ਹੁਣ ਤਾਂ ਲੋੜ ਹੀ ਨਹੀਂ ਪੈਸਿਆਂ ਦੀ ਗੁੜਜਾ ਪਾਇਆ ਸੀ ਮੈਂ ਨਿੱਤਰੀ ਪਈਆ ਬੇਨਾ ਅੱਜ ਬਣਾਉਂਗਾ ਤੂੰ ਐਂ ਕਰਕੇ ਰਾਂ ਚਾਹ ਲਿਆ ਦੇ ਨਾਲੇ ਗੋਲੀ ਲਿਆ ਦੇ ਸਿਰ ਦੁਖ ਦੇ ਦੀ ਤੂੰ ਦਾਰੂ ਦਾਣਾ ਸੱਸਾ ਮਨ ਉਹਦਾ ਮੈਨੂੰ ਆਪ ਨੂੰ ਬਥੇਰਾ ਹੱਥ ਕੋ ਕੋਈ ਨਹੀਂ ਆਹੀ ਕੁਸ ਹੁੰਦਾ ਉਮਰ ਚ ਹੁਣ ਦੱਸ ਮਾਂ ਕੀ ਤੇ ਕਸੀਦਾ ਕੱਢਣ ਲੱਗ ਜਾ ਨਹੀਂ ਸਰਕਣ ਆ ਰੱਖ ਦੇ ਫੋਨ ਨੂੰ ਕਿਤਾਬ ਚੱਕ ਲੈ ਤੇਰੀ ਮਾਂ ਆ ਕੇ ਲੜੂਗੀ ਤੈਨੂੰ ਮਮਾ ਮਮਾ ਹੁਣ ਨਹੀਂ ਦੇ ਚੱਕਿਆ ਮਮਾ ਮਮਾ ਦੇਖ ਨਹੀਂ ਵੀ ਨਹੀਂ ਦਿੰਦੀ ਨਾ ਇਹ ਗੇਮ ਖੇਡਣ ਨਹੀਂ ਦਿੰਦੀ ਹੁਣ ਸਾਰਾ ਦਿਨ ਫੋਨ ਤੇ ਗੇਮ ਥੋੜੀ ਖੇਢੀ ਆਈ ਹੈਗੀ ਪੜ੍ਹ ਵੀ ਲਿਆ ਕਰ ਕੁਸ ਫਿਰ ਮੈਨੂੰ ਲੜਾਏਗੀ ਉਹਦੇ ਨਾਲ ਤੂੰ ਆ ਗਈ ਸੱਸੀ ਕੰਮੀ ਸੱਸੀ ਦਾ ਪੁੱਤ ਲੈ ਬਸ ਤੈਨੂੰ ਤਾਂ ਐ ਹੁੰਦਾ ਨਾ ਮਾਂ ਘਰੋਂ ਬਾਹਰ ਜਾਵੇ ਤੇ ਮੈਨੂੰ ਫੋਨ ਚੱਕਰ ਨੂੰ ਮਿਲੇ ਲੈ ਫੜਾ ਫੋਨ ਕੰਮ ਕੀਤਾ ਉਹਦਾ ਸਕੂਲ ਦਾ ਕਮਤਾ ਕਰ ਲਿਆ ਪੁੱਤ ਆ ਹੁਣ ਹੀ ਆ ਕੇ ਬੈਠੀ ਜੀ ਇੱਥੇ ਮੇਰੇ ਕੋਲੇ ਅੱਛਾ ਅੱਛਾ ਠੀਕ ਐ ਮੰਮੀ ਤੇ ਹੋਰ ਤੇਰੀ ਮਾਸੀ ਠੀਕ ਐ ਹਾਂ ਮੰਮੀ ਹੁਣ ਤਾਂ ਮਾਸੀ ਠੀਕ ਆ ਬਸ ਦਵਾਈਆਂ ਚੱਲ ਜਾਂਦੀਆਂ ਜੇ ਦਵਾਈਆਂ ਖਾ ਲੈਂਦੀ ਆ ਤਾਂ ਠੀਕ ਐ ਨਹੀਂ ਫੇਰ ਬਿਮਾਰ ਹੋ ਜਾਂਦੀ ਆ ਉਹੀ ਤਾਂ ਗੱਲ ਹੈਗੀ ਹੁਣ ਤਾਂ ਉਹਨੂੰ ਨਾ ਰਾਜਪਾਲ ਨੂੰ ਵਿਆਹ ਲੈਣਾ ਚਾਹੀਦਾਗਾ ਜਦੋਂ ਆਪ ਬਿਮਾਰ ਰਹਿੰਦੀ ਹੈਗੀ ਨਾਲੇ ਉਹਨੂੰ ਸੁਖ ਹੋਵੇ ਮੈਂ ਤਾਂ ਕਹਿ ਕੇ ਆਈ ਆ ਹੁਣ ਵੀ ਹੁਣ ਦੱਸ ਕਿਉਂ ਐਡਾ ਵੱਡਾ ਤਾਂ ਹੋ ਗਿਆ ਹੁਣ ਕਰਦੇ ਉਹਦਾ ਵਿਆਹ ਨਾਲੇ ਆਪ ਸੌਖੀ ਹੋ ਜੇਂਗੀ ਤੇ ਹੋਰ ਔਖੀ ਹੁੰਦੀ ਫਿਰਦੀ ਔਏ ਹਾਂ ਦੇਖਦੇ ਆ ਕੋਈ ਕਰਾਉਣੇ ਆ ਉਹਨੂੰ ਵੀ ਰਿ ਸਹੀ ਗੱਲ ਆ ਉਹ ਆਪ ਤਾਂ ਬਥੇਰੇ ਰਿਸ਼ਤੇ ਕਰਾਉਂਦੀ ਆ ਉਹ ਪਰ ਆਪ ਦੇ ਵਾਰੀ ਉਹ ਤਾਂ ਕੋਈ ਪੂਰ ਨਹੀਂ ਚੜਦਾ ਗਾ ਸਹੀ ਗੱਲ ਆ ਹਾਂ ਤੇ ਹੋ ਮੈਂ ਤੈਨੂੰ ਇਹ ਕਹਿੰਦੀ ਸੀ ਤੂੰ ਆਦੀ ਮਾਸੀ ਕੋਲੇ ਗਈ ਸੀ ਤੇ ਪੈਰੇ ਹਰਪ੍ਰੀਤ ਕੋਲੇ ਜਾਇ ਆਉਂਦੀ ਤੂੰ ਮੰਮੀ ਗਈ ਸੀ ਮਹਾਰਾਜ ਪਾਲੂ ਲੈ ਕੇ ਵੀ ਚਲ ਮੈਂ ਮਿਲਿਆ ਆਂ ਹਰਪ੍ਰੀਤ ਦਾ ਹਾਲ ਚਾਲ ਪੁੱਛਣਾ ਤੇ ਉਹਨਾਂ ਦੇ ਘਰ ਨੂੰ ਤਾਂ ਜਿੰਦਾ ਲੱਗਿਆ ਪਿਆ ਸੀ ਤੇ ਅਸੀਂ ਗਵਾਂਡੇ ਨੂੰ ਪੁੱਛਿਆ ਉਹ ਕਹਿੰਦੇ ਵੀ ਇਹਨਾਂ ਰਿਸ਼ਤੇਦਾਰ ਵਿੱਚ ਵਿਆਹ ਆ ਕਿਤੇ ਤੇ ਉੱਥੇ ਗਏ ਹੋਏ ਆ ਫਿਰ ਮੁੜੇ ਆਏ ਅਸੀਂ अच्छा हां चल भाई ਹੋਊਗਾ ਕੋਈ ਵਿਆਹ ਰਿਸ਼ਤੇਦਾਰ ਚ ਜਾਣਾ ਵੀ ਪੈਂਦਾ ਹੈਗਾ ਹਨਾ ਸਹੀ ਗੱਲ ਆ ਮੈਨੂੰ ਤਾਂ ਆਪ ਐ ਸੀਗਾ ਚੱਲ ਕਿੰਨਾ ਟਾਈਮ ਹੋ ਗਿਆ ਹਰਪਤ ਨੂੰ ਮਿਲ ਹੀ ਨਹੀਂ ਹੈਗੀ ਚੱਲ ਵੀ ਦੁੱਖ ਸੁੱਖ ਕਰਿਆ ਆਉਦੇ ਨਾ ਤੇ ਹੋਰ ਉਦੋਂ ਜਦੋਂ ਮੈਂ ਗਈ ਆ ਮੈਂ ਉਹਨੂੰ ਕਹਿ ਕੇ ਆਈ ਸੀ ਪੁੱਤ ਮੈਨੂੰ ਫੋਨ ਵੀ ਲਾ ਲਿਆ ਕਰ ਤੇ ਨਾਲੇ ਤੂੰ ਮਿਲ ਲੈ ਆ ਜੀ ਦੇਖ ਲੈ ਚੰਦਰੀ ਨੇ ਨਾ ਤਾਂ ਮੈਨੂੰ ਉਦੋਂ ਬਾਅਦ ਫੋਨ ਲਾਇਆ ਤੇ ਨਾ ਹੀ ਉਹ ਮਿਲਣ ਆਈ ਐ ਉਹੀ ਤਾਂ ਗੱਲ ਮੰਮੀ ਪਤਾ ਨਹੀਂ ਕਾਹਦਾ ਗੁੱਸਾ ਕਰੀ ਬੈਠੀ ਹੈ ਚੱਲ ਭੈਣ ਭਰਾਵਾਂ ਵਿੱਚ 100 ਵਾਰ ਲੜਾਈ ਹੁੰਦੀ ਹੈ ਜਿੱਦ ਆਪਾਂ ਕਬਾਰੇ ਹੁੰਨੇ ਆਪਾਂ ਉਦੋਂ ਵੀ ਤਾਂ ਲੜਦੇ ਹੀ ਆਂ ਵੀ ਇੰਨਾ ਕਾਹਦਾ ਉਹੀ ਤਾਂ ਗੱਲ ਹੈ ਕਿ ਗੁੱਸੇ ਵਾਲੀ ਤਾਂ ਵੈਸੇ ਕਿਹੜੀ ਗੱਲ ਹੈਗੀ ਮੈਨੂੰ ਤਾਂ ਥੋੜਾ ਜਿਹਾ ਨਾ ਐਂ ਲੱਗਦਾ ਵੀ ਉਹਦੇ ਸੱਸ ਦਾ ਸੁਭਾਅ ਰੁੱਖਾ ਹੈਗਾ ਨਾ ਤੂੰ ਜਾ ਕੇ ਆਈ ਸੀ ਤੈਨੂੰ ਗੱਲਬਾਤ ਕਰਕੇ ਤੈਨੂੰ ਪਤਾ ਹੀ ਹੋਊਗਾ ਗੱਲਬਾਤ ਤਾਂ ਉਹ ਤੋਂ ਨੇ ਕਰਨੇ ਨਹੀਂ ਦਿੱਤੀ ਸਾਨੂੰ ਤਾਂ ਅੱਛਾ ਹਾਂ ਜਦੋਂ ਅਸੀਂ ਮਾਵਾਂ ਤੇ ਉਹ ਗੱਲਬਾਤ ਕਰਨ ਫੈਂਦੀਆਂ ਸੀ ਉਹਦੀ ਉਹ ਵਿੱਚ ਆ ਕੇ ਬਹਿ ਜਾਂਦੀ ਸੀਗੀ ਹਾਂ ਪਰ ਚਲੋ ਉਹਨਾਂ ਨੇ ਵੀ ਆਇਆ ਹੋਊਗਾ ਵੀ ਇੰਨੇ ਟਾਈਮ ਬਾਅਦ ਆਏ ਹੋ ਵਿੱਚ ਬਹਿ ਕੇ ਚਾਰ ਗੱਲਾਂ ਕਰ ਲਏ ਹੋਰ ਤਾਂ ਕੀ ਗੱਲ ਹੋਣੀ ਆ ਬਾਕੀ ਤੈਨੂੰ ਹਰਪੀ ਦੇ ਮੂੰਹ ਤੋਂ ਪਤਾ ਲੱਗ ਹੀ ਗਿਆ ਹੋਊਗਾ ਵੀ ਸੁਖੀ ਆ ਕਿ ਦੁਖੀ ਆ ਕੁਝ ਨਹੀਂ ਬਤ ਮੈਨੂੰ ਤਾਂ ਬਸ ਉਹ ਚੁੱਪ ਚੁੱਪ ਜੇ ਫਿਰਦੀ ਰਹੀ ਹੈਗੀ ਨਾ ਤਾਂ ਮੈਨੂੰ ਉਹਨੇ ਕੁਝ ਦੱਸਿਆ ਦੀ ਢਿੱਡ ਦੀ ਗੱਲ ਮੈਨੂੰ ਤਾਂ ਆਏ ਸੀ ਵੀ ਚਲ ਜੇ ਮਾਵਾਂ ਤੇ ਅਸੀਂ ਬੈਠ ਕੇ ਬੰਝਟ ਗੱਲ ਕਰਦੇ ਆਂ ਨਾਲੇ ਤਾਂ ਉਹਦਾ ਢਡਹੋਲਾ ਹੁੰਦਾ ਨਾਲੇ ਮੈਂ ਆਪਦੀਆਂ ਗੱਲਾਂ ਕਰਿਆ ਆਉਂਦੀ ਉਹਦੇ ਨਾਲ ਹੈ ਚਲ ਜੇ ਤੂੰ ਬਾਹਲਾ ਕਰਦੀ ਮੰਮੀ ਮੈਂ ਕੁਲਦੀਪ ਨਾਲ ਗੱਲ ਕਰ ਲੂੰਗੀ ਜਿਹਦਾ ਗੁੱਸਾ ਟਹਲਾ ਹੋ ਗਿਆ ਹੋਇਆ ਆਪਾਂ 2-4 ਦਿਨ ਹਰਪੀ ਦੋ ਇੱਥੇ ਲਿਆਵਾਂਗੇ ਫਿਰ ਮਾਵਾਂਤਿਆਂ ਬੈਠ ਕੇ ਗੱਲਾਂ ਕਰ ਲਿਓ ਤੁਸੀਂ ਹਾਂ ਇਹ ਗੱਲ ਠੀਕ ਹੈ ਚਲ ਜਦੋਂ ਕੁਲਦੀਪ ਆਇਆ ਨਾ ਤੇ ਉਹਨੂੰ ਕਹੀਂ ਤੂੰ ਨਾ ਹੈ ਨਹੀਂ ਕਰੇ ਹੁਣ ਨਾ ਹੁਣ ਤਾਂ ਕਹਿੰਦਾ ਮੈਂ ਬਾਹਰ ਅੱਡੇ ਤੇ ਜਾ ਕੇ ਆਉਣਾਗਾ ਬਸ ਪਤਾ ਨਹੀਂ ਮੰਮੀ ਨੂੰ ਘਰ ਤੇ ਤਾਂ ਕੀ ਐ 2 ਮਿੰਟ ਨਹੀਂ ਖੜਦਾ ਉਹਦੀ ਘਰੋਂ ਵਗ ਜਾਂਦਾ ਆਉਂਦਾ ਰੋਟੀ ਖਾਂਦਾ ਤੇ ਬਾਹਰ ਟਿਕਦਾ ਹੀ ਨਹੀਂ ਇਹਨੂੰ ਕੋਈ ਕੰਮਕਾਰ ਦਾ ਨਹੀਂ ਹੈਗਾ ਪੁੱਤ ਕੰਮ ਕਰ ਹੈ ਕਿੰਨਾ ਕ ਆਪਣੇ ਆਹ ਖੇਤੀ ਦਾ ਵਾੜਾ ਮੋਟਾ ਹੈਗਾ ਉਹਨਾਂ ਕ ਹੋ ਨੀੜ ਲੈਂਦਾ ਉਹ ਤਾਂ ਹੈਗਾ ਮੰਮੀ ਚਲ ਵੀ ਖੇਤੀ ਦਾ ਹੈਗਾ ਪਰ ਬੰਦਾ ਚਲ ਕੁੜੀ ਤੇ ਧਿਆਨ ਦੇ ਲਾ ਵੀ ਇਹਨੇ ਕੰਮ ਕੀਤਾ ਚਲ ਮੈਂ ਘਰੇ ਨਹੀਂ ਹੈਗੀ ਸੀ ਆਪ ਕਰਵਾ ਦਿੰਦਾ ਪਰ ਇਹਨੂੰ ਨਹੀਂ ਹੈਗਾ ਚਲ ਕੋਈ ਨਹੀਂ ਕਰ ਲੂਗਾ ਆਪਣੇ ਨੀਗਾ ਮਾਰ ਲੂਗਾ ਕਹਿ ਦੂਗਾ ਇਹਨੂੰ ਇਹਨੂੰ ਦੱਸ ਪੜਨ ਨੂੰ ਇੰਨੀ ਕਿੱਡੀ ਕਿਹਦੀ ਪੜ੍ਹਾਈ ਐ ਹਜੇ ਉਹੀ ਲੱਗਦਾ ਮੈਂ ਪੜ੍ਹਾਈ ਤਾਂ ਬਹੁਤ ਆਕੀ ਅੱਜ ਕੱਲ ਦੀ ਅੱਗੇ ਹੁੰਦਾ ਸੀ ਜਵਾਕ ਨਾ ਪੜ੍ਹਦੇ ਤਾਂ ਵੀ ਪਾਸ ਹੋ ਜਾਂਦੇ ਸੀ ਅੱਜ ਤਾਂ ਜਵਾ ਅੱਜ ਕੱਲ ਦੇ ਜਵਾਕ ਨਾ ਪੜਨ ਪਾਸ ਨਹੀਂ ਹੁੰਦੇ ਹੈਗੇ ਇਹ ਤਾਂ ਗਲਤਰੀ ਠੀਕ ਹੈ ਚਲ ਕੋਈ ਨਹੀਂ ਤੂੰ ਬਦਲ ਲੈ ਕੱਪੜੇ ਕੱਪੜੇ ਨਾਲੇ ਚਾਹ ਪਾਣੀ ਪੀ ਲੈ ਠੀਕ ਹੈ ਮੰਮੀ ਮੈਂ ਦੇਖ ਲੈ ਮੈਂ ਤੈਨੂੰ ਕਿਹਾ ਸੀ ਨਾ ਵੀ ਧਰ ਦੇ ਫੋਨ ਨੂੰ ਆਵੇਗਾ ਤੇਰੀ ਮਾਂ ਹੁਣ ਮੈਨੂੰ ਕਹਿੰਦੀ ਹੈਗੀ ਮੇਰੀ ਰਲਾਈ ਕਰਾਏਗੀ ਤੂੰ ਇਹਦੇ ਨਾਲ ਇਹਨੂੰ ਤਾਂ ਕੀ ਪਤਾ ਹੁਣ ਹਾਂ ਵਹਿ ਗਿਆ ਸਿਰ ਸਿੱਟ ਕੇ ਕੋਈ ਕਰ ਲਾ ਭਾਈ ਹੀਲਾ ਕੀ ਹੀਲਾ ਕਰਾਂ ਬੇਬੇ ਕੁਝ ਸਮਝ ਤਾਂ ਲੱਗਦਾ ਨਹੀਂ ਪਿਆ ਕੀ ਕਰਾਂ ਨਵੀਂ ਵਿਪਤਾ ਖੜੀ ਹੋ ਗਈ ਆ ਤਾਂ ਵਿਪਤਾ ਤਾਂ ਹੋ ਗਈ ਵੇਖ ਲੈ ਇੱਕ ਵਾਰੀ ਵੀ ਨਹੀਂ ਹੋਰੀ ਭਜਾਈ ਨੇ ਆਖਿਆ ਵੀ ਕੋਈ ਨਹੀਂ ਅਸੀਂ ਨਾਲ ਲੈ ਜਾਂਨੇ ਆ ਉਹੀ ਤਾਂ ਗੱਲ ਐ ਉੱਤੋਂ ਦੀ ਉੱਤੋਂ ਰਾਜਪਾਲ ਆ ਗਿਆ ਕਿੰਨਾ ਕੁਝ ਬੋਲ ਕੇ ਗਿਆ ਅਗੇ ਕਾਗਜ਼ੀ ਕਾਰਵਾਈ ਕਰੂੰਗਾ ਤੁਹਾਡੇ ਦਿੱਤੇ ਮੈਂ ਮੈਂ ਤਾਂ ਉਹਦੇ ਤੇ ਹਰਾਨਾ ਵੀ ਤੇਰਾ ਕੋਈ ਲੈਣਾ ਨਹੀਂ ਦੇਣਾ ਨਹੀਂ ਤੂੰ ਰਿਸ਼ਤਾ ਕਰਾਤਾ ਵਸ ਤੂੰ ਨਿਕਲ ਜਾ ਗੱਲ ਚੋਂ ਉਹ ਤਾਂ ਆਈ ਸੀ ਨਾ ਫਿਰ ਵੀ ਬਚੂਲਾਗਾ ਤਾਂ ਕਰਕੇ ਲਈ ਆਈ ਸੀ ਫਿਰ ਉਹਨੇ ਤਾਂ ਗੱਲ ਕਰਨੀ ਸੀ ਕੋਈ ਇੱਕ ਪਾਸੇ ਵਾਲੀ ਹੁਣ ਆਪਾਂ ਨੂੰ ਆਪਾਂ ਨੂੰ ਗਲਤ ਕਹਿ ਗਿਆ ਉਹ ਉਹਨਾਂ ਦੇ ਪਾਸੇ ਹੋ ਗਿਆ ਵੀ ਮੈਂ ਛੋੜ ਦੇ ਕੰਨੀ ਆ ਉਹੀ ਤਾਂ ਗੱਲ ਆ ਫਿਰ ਮੈਂ ਜਦੋਂ ਕਹੀ ਇਹਨਾਂ ਗਲਤ ਉਹ ਆਪ ਸੀਗੇ ਜਦੋਂ 2 ਸਾਲ ਹੋ ਗਏ ਉਹ ਪਹਿਲਾਂ ਨਹੀਂ ਆ ਕੇ ਖੜੇ ਉਦੋਂ ਨਹੀਂ ਬਚੂਲਾ ਆ ਕੇ ਖੜਿਆ ਤਾਂ ਅੱਜ ਉਹਦਾ ਕੀ ਹੱਕ ਬੰਦਾ ਸਿੱਥੇ ਆ ਕੇ ਵਿੱਚ ਆਪਣੇ ਤੇ ਪ੍ਰਧਾਨਗੀ ਕਰਨ ਦਾ ਪਹਿਲੀ ਗੱਲ ਤਾਂ ਉਹਦਾ ਮਾਂ ਆਉਂਦੀ ਉਹਦਾ ਭਰਾ ਆਉਂਦਾ ਹਾਂ ਪਰਚਾਈ ਆਗੀ ਮੈਨੂੰ ਨਹੀਂ ਲੱਗਦਾ ਇਹਦੀ ਪਰਚਾਈ ਨਾ ਕਰੇ ਗੱਲ ਕਰੀ ਹੋਣੀ ਇਹਦੀ ਮਾਂ ਨੂੰ ਪਤਾ ਹੋਊ ਇਸ ਗੱਲ ਦਾ ਨਹੀਂ ਕਿਹੜੀ ਮਾਂ ਕਹਿੰਦੀ ਆ ਵੀ ਜਦੋਂ ਮੇਰੇ 30 ਨਕਲੇ ਸਾਂ ਤੇ ਭਾਈ ਘਰੋਂ ਕੱਢਦੇ ਆ ਤੇ ਬਸੀ ਲੈ ਕੇ ਜਾਂਦੇ ਉਹ ਦੱਸਿਆ ਨਹੀਂ ਹੁਣ ਉਹਨਾਂ ਨੇ ਮਾਂ ਨੂੰ ਮੈਂ ਤਾਂ ਐ ਲੱਗਦਾ ਜੇ ਦੱਸਿਆ ਹੁੰਦਾ ਤਾਂ ਮਾਂ ਇੱਥੇ ਭੱਜ ਕੇ ਆਉਂਦੀ ਹਾ ਆਪਣੇ ਇੱਥੇ ਕੋਈ ਇਹੋ ਜੀ ਗੱਲ ਹੋਈ ਹੋਵੇ ਆਪਾਂ ਨਾ ਜਾਵਾਂਗੇ ਭੱਜ ਕੇ ਆਉਂਦੀ ਨਾਲੇ ਕੋਈ ਫੋਨ ਕਰਦੀ ਮਗਰੋਂ ਕੋਈ ਫੇਰ ਖੈਰ ਸੁਖ ਪੁੱਛਦੇ ਨਾ ਉਹਦੇ ਭਰਾ ਜੇ ਨੂੰ ਸ਼ਰਮ ਆਉਂਦੀ ਜਾਏ ਬੰਦਾ ਉਹ ਆ ਜੇ ਗੱਲ ਕਰਨ ਬੰਦਿਆਂ ਦੇ ਨਾਲ ਉਹ ਬਚੋਲਾ ਆ ਜਾਂ ਭੇਜਦਾ ਮੈਨੂੰ ਤਾਂ ਉਹਦੇ ਗ ਉਹਨੂੰ ਆਏ ਨਹੀਂ ਪਤਾ ਵੀ ਇਹਨਾਂ ਦਾ ਪਿੰਡ ਦਾ ਮਾਮਲਾ ਜੇ ਲੜਾਈ ਪੜਾਈ ਹੋਗੀ ਤਾਂ ਉਹਦਾ ਬੈਰ ਪੈ ਜੂਗਾ ਤੇ ਉਹੀ ਤਾਂ ਗੱਲ ਆ ਹੁਣ ਮੈਨੂੰ ਆਏ ਨਹੀਂ ਸਮਝ ਲੱਗਦੀ ਬੇਬੇ ਵੀ ਮੈਂ ਕਰਾਂ ਕੀ ਉਹ ਤਾਂ ਸਿੱਧੇ ਸਿੱਧੇ ਗੱਲ ਕਹਿ ਗਿਆ 420 ਦਾ ਕੇਸ ਪਾਵਾਂਗੇ ਭਾਈ ਅੱਧ ਲਾਵਾਂਗੇ ਹੁਣ ਕਿਵੇਂ ਅੱਧ ਦੇ ਦੀ ਆਏ ਤਾਂ ਅੱਧ ਦਿੱਤਾ ਨਹੀਂ ਜਾਂਦਾ ਚੱਲ ਕੋਈ ਨਹੀਂ ਲੈ ਲਿਓ ਕਾ ਇਹਨੂੰ ਲੈ ਜਾਓ ਅਸੀਂ ਦੇ ਦਿਆਂਗੇ ਅੱਧ ਜਿਹੜਾ ਹੱਕ ਬਣਿਆ ਅੱਧ ਉੱਧ ਨਹੀਂ ਨਾਲੇ ਵੰਡਾ ਤੇਰੀ ਦੋ ਹਿੱਸੇ ਤਾਂ ਆਪਣੇ ਮਾਪੁੱਤਾਂ ਦੇ ਪਹਿਣਗੇ ਤੀਜਾ ਤੇਰਾ ਆਊ ਤੇ ਚੌਥਾ ਹਿੱਸਾ ਆਊਗਾ ਉਹਨੂੰ ਆਏ ਫਿਰ ਚੌਥਾ ਹਿੱਸਾ ਵੀ ਕਿਵੇਂ ਦੇ ਦੀ ਬੇਬੇ ਸਮਝ ਨਹੀਂ ਲੱਗਦੀ ਮੈਂ ਤਾਂ ਇਹਦੀ ਜਾਨਾ ਹੋਵੇ ਜਵਾਕ ਹੋਵੇ ਜਵਾਕ ਦੇ ਮੂੰਹੋਂ ਦੇਦੀ ਹੈ ਜਵਾਕ ਇਹਦੇ ਹੁੰਦਾ ਨਹੀਂ ਫਿਰ ਕਿਉਂ ਦੇਦੀ ਇਹਨੂੰ ਹਿੱਸਾ ਮੇਰੀ ਗੱਲ ਸੁਣ ਜੇ ਖਹਿੜਾ ਛਡਾਉਣਾ ਫਿਰ ਤਾਂ ਦੇਣਾ ਹੀ ਪਊਗਾ ਹੁਣ ਤੂੰ ਮਾਨ ਬਣਾ ਲਾ ਵੀ ਤੂੰ ਇਹਨੂੰ ਭੇਜਣਾ ਹੈ ਕਿ ਨਹੀਂ ਭੇਜਣਾ ਫਿਰਦੀ ਰਹਿਣ ਦੇ ਇੱਥੇ ਫਿਰ ਕੰਨਾਂ ਚ ਵੱਜਦੀ ਕੋਈ ਗੱਲ ਨਹੀਂ ਮੈਂ ਹੋਰ ਵਿਆਹ ਕਰਾ ਲੂੰਗਾ ਆਏ ਨਹੀਂ ਹੁੰਦਾ ਪੁੱਤ ਹੋਰ ਨਵੇੜਾ ਕਰੇ ਬਣਾ ਇੱਧਰ ਨਵੇੜਾ ਹੋਊ ਤਾਂ ਤੇਰਾ ਪੇਰ ਤੇਰਾ ਵਿਆਹ ਹੋਊਗਾ ਆਏ ਫਸਣਾ ਆਪਾ ਹੁਣ ਕਰਾਂ ਦਾ ਕਰਾਂ ਕੀ ਆਈ ਤਾਂ ਟੈਨਸ਼ਨ ਲੱਗ ਜਾਂਦੀ ਹੈ ਕਿ ਦਿਮਾਗ ਕੰਮ ਹੀ ਨਹੀਂ ਕਰਦਾ ਪਿਆ ਤਮਾ ਕੰਮ ਤਾਂ ਫੇਰ ਕਰੂਗਾ ਭਾਈ ਇੱਕ ਗੱਲ ਤੇ ਖੜ ਜਾ ਹਾਂ ਠੀਕ ਐ ਚਾਹੇ ਤਾਂ ਨਿਮੇੜਲਾ ਤੇ ਚਾਹੇ ਬਸ ਫੇਰ ਫਿਰਦੀ ਰਹਿਣ ਦੇ ਬਸ ਇਹਨੂੰ ਪੁੱਛ ਇਹਨੂੰ ਪੁੱਛ ਤੂੰ ਇਹਨੂੰ ਬੁਲਾ ਇਹਨੂੰ ਪੁੱਛ ਕੀ ਕਹਿੰਦੀ ਐ ਇਹ ਫੇਰ ਗੱਲ ਕਰਦੇ ਇਹਨੇ ਤਾਂ ਕੀ ਕਹਿਣਾਗਾ ਹਰਪ੍ਰੀਤ ਹਰਪ੍ਰੀਤ ਆਉਂਦੀ ਐ ਵੇਖ ਲੈ ਪੁੱਛ ਲੈ ਇਹਨੂੰ ਸਾਰੀ ਗੱਲ ਵੀ ਕਿਵੇਂ ਨਵੇੜਾ ਕਰਨਾ ਹੈ ਜੇ ਇੱਥੇ ਰਹਿਣਾ ਤਾਂ ਚੁੱਪਚਾਪ ਰਹੀ ਚੱਲ ਨਹੀਂ ਮੈਨਾਂ ਕਹਿੰਦਾ ਭਜਾ ਦੇ ਇਹਨੂੰ ਮੇਰੀ ਗੱਲ ਸੁਣ ਲੈ ਭਾਈ ਜੇ ਤਾਂ ਇੱਥੇ ਬਸਣਾ ਤਾਂ ਮੈਂ ਇਹਦਾ ਦੂਜਾ ਵਿਆਹ ਕਰੂੰ ਤੇ ਚੁੱਪ ਕਰਕੇ ਬਸੀ ਚੱਲ ਜੇ ਸਵੇਰ ਤੋਂ ਉਹਦੇ ਵਿਆਹ ਦੇ ਕੋਈ ਤੰਤਰਾਜ ਹੈ ਤਾਂ ਫੇਰ ਅੱਜ ਚੱਕ ਚੁੰਨੀ ਤੇ ਆਪਦਾ ਜਾਵੜਾ ਮੰਮੀ ਮੈਂ ਕਿੱਥੇ ਜਾਊਂਗੀ ਭਾਬੀ ਵੀ ਨਹੀਂ ਮੈਨੂੰ ਨਾਲ ਲੈ ਕੇ ਗਏ ਉਹ ਆਪਦੇ ਭਰਾ ਨੂੰ ਫੋਨ ਕਰ ਆਪਦੀ ਮਾਂ ਨੂੰ ਫੋਨ ਕਰ ਉਹ ਲੈ ਕੇ ਜਾਣਗੇ ਭਾਬੀ ਨਹੀਂ ਲੈ ਗਈ ਭਾਬੀ ਕੀ ਲੱਗਦੀ ਉਸ ਘਰ ਦੀ ਨਹੀਂ ਭਾਬੀ ਤਾਂ ਤੇਰੀ 12 ਤਾਲੀ ਐ ਮੈਨੂੰ ਨਹੀਂ ਲੱਗਦਾ ਤੇਰੀ ਮਾਂ ਨੂੰ ਉਹਨੇ ਕੁਝ ਦੱਸਿਆ ਹੋਣਾ ਇਹਦਾ ਕੌਣ ਆ ਜਿਹੜਾ ਕਹਿੰਦਾ ਵੀ ਆਪਦੀ ਧੀ ਨੂੰ ਅਸੀਂ ਦੀ ਵੜਨ ਦਿੰਦੇ ਜਦੋਂ ਤੈਨੂੰ ਅਸੀਂ ਇੱਥੇ ਰੱਖ ਕੇ ਖੁਸ਼ ਨਹੀਂ ਹੈਗੇ ਤੂੰ ਐਵੇਂ ਖਾਮ ਖਾ ਦੇਖ ਭਾਈ ਮੇਰੇ ਬੰਦੇ ਵਿਆਹ ਕਿਵੇਂ ਕਰਵਾ ਲਾਂ ਨਹੀਂ ਮੇਰੀ ਗੱਲ ਸੁਣ ਪੁੱਤ ਸਾਨੂੰ ਤਾਂ ਲਾੜ ਦੀ ਲੋੜ ਹੈ ਨਾ ਮੈਨੂੰ ਤਾਂ ਮੇਰਾ ਪੁੱਤ ਦੂਰੀ ਰਪਿਆਉਣਾ ਹੀ ਪਊਗਾ ਹੂੰ ਤੇ ਤੂੰ ਤੇਰੀ ਖੁਸ਼ੀ ਆ ਤਾਂ ਰਹਿ ਜੇ ਤੂੰ ਭਾਈ ਅਸੀਂ ਗੱਲ ਤੇ ਨਾਰਾਜ਼ ਆ ਤੇ ਫਿਰ ਆਪਦਾ ਚੱਕ ਲੀੜਾ ਕੱਪੜਾ ਪੈਕ ਕਰ ਤੇ ਭੱਗ ਜਾ ਜਦੋਂ ਤੂੰ ਸਾਨੂੰ ਦਵਾਈ ਨਹੀਂ ਦੇ ਸਕਦੀ ਸਾਡੇ ਘਰ ਦਾ ਚਰਾਗ ਹੀ ਨਹੀਂ ਬਧਾ ਸਕਦੀ ਫਿਰ ਅਸੀਂ ਤੇਥੋਂ ਕਰਾਉਣਾ ਕੀ ਆ ਤੂੰ ਭੱਗ ਜਾ ਬਸ ਫੰਦੋਂ ਹੋਈ ਚੰਗੀ ਲੱਗਦੀ ਤੂੰ ਜਵਾਕ ਦੀ ਗੱਲ ਹੈ ਜਵਾਕ ਗੋਦ ਲੈ ਲਾਂਗੇ ਐ ਕਿਵੇਂ ਲੈ ਲਾਂਗੇ ਕਿਉਂ ਲੈ ਲਾਂਗੇ ਗੋਦ ਨਹੀਂ ਲਾਦਾ ਉਹ ਇਸ ਘਰ ਦਾ ਕੀ ਦਾ ਲੈ ਲੇਗੀ ਜਵਾਕ ਤੂੰ ਗੋਦ ਹੈਗਾ ਕੋਈ ਇੰਡੀਆ ਗੱਲਾਂ ਉਹ ਤੇਰੀ ਭਝਾਈ ਉਹ ਤੈਨੂੰ ਬਾੜਨਾ ਨਹੀਂ ਦਿੰਦੀ ਜਵਾਕ ਤੈਨੂੰ ਬਹੁਤੀ ਦੇ ਦਊਗੀ ਆਪਦੇ ਉਹ ਆਪਦਾ ਮਨ ਬਣਾ ਲਾ ਵਸ ਤੈਨੂੰ ਸਿੱਧੀ ਗੱਲ ਦੱਸਦੀ ਜੇ ਤਾਂ ਕੋਈ ਫੂਨ ਫਾਨ ਕਰਨਾ ਤਾਂ ਕਰਕੇ ਦੇਖ ਲੈ ਨਹੀਂ ਫਿਰ ਆਪਦੇ ਲੀੜੇ ਪਾਇਏ ਕਰ ਤੇ ਤੁਰ ਜਾ ਸਾਡੇ ਮਨੋਂ ਤਾਂ ਬਸ ਗੱਲਾਂ ਦੋ ਹੀ ਹੈਗੀਆਂ ਉਹਨਾਂ ਨੂੰ ਪੁੱਛ ਪੂਂ ਕਰਕੇ ਕਹਿੰਦੇ ਕੀ ਆਹੋ ਕਰ ਲੈਣੀ ਆ ਕਿਵੇਂ ਕਰਦੀ ਢਿੱਲਾ ਦਾ ਮੂੰਹ ਆਹੀ ਮੂੰਹ ਤੇ ਪਹਿੜਾ ਲੱਗਦਾ ਮੈਨੂੰ ਮੈਨੂੰ ਤਾਂ ਆ ਬਥੇਰੀ ਪਹਿੜੀ ਲੱਗਦੀ ਆ ਜੇ ਜਵਾਕ ਜੱਲਾ ਹੁੰਦਾ ਕੋਈ ਫੇਰ ਵੀ ਚਲਾ ਦਿੰਦੇ ਔ ਜੜ ਵਧੀਆ ਚਲਾ ਹੀ ਹੁੰਦਾਗਾ ਭਾਈ ਦੇਲੀ ਵਧਾਤੀ ਇਹਨੇ ਮੈਨੂੰ ਤਾਂ ਆਪਣੀ ਇਹ ਚੰਗੀ ਲੱਗਦੀ ਹੁਣ ਹੁਣ ਤਾਂ ਭਾਈ ਆਹੀ ਹੱਲ ਐ ਵੀ ਤੇਰਾ ਦੂਜਾ ਵਿਆਹ ਕਰਨਾ ਪਊਗਾ ਕੋਈ ਨਾ ਬੇਬੇ ਤੂੰ ਮੈਂ ਫਿਕਰ ਨਾ ਕਰ ਇਹਦਾ ਪਸ ਸਟੈਪ ਚੱਕ ਹੀ ਲੈਣਾ ਪਰ ਮੈਨੂੰ ਕੋਈ ਹੋਰ ਰਾਏ ਕਰਨ ਦੇ ਦਿਮਾਗ ਚਲਾਉਣ ਦੇ ਹੈ ਇਹਦਾ ਕੀ ਹੈਗਾ ਐਵੇਂ ਉਹਨਾਂ ਨਾਲ ਰਾਇ ਕਰਕੇ ਆਪਣਾ ਅੱਧਾ ਮੜਾ ਕੇ ਲੈ ਜੂਗੀ ਐ ਨਹੀਂ ਮੈਂ ਜਾਣ ਦੰਦਾ ਬਸ ਫੇਰ ਇੱਥੇ ਫਿਰਦੀ ਰਹਿਣ ਨਾ ਚੁੱਪ ਕਰਕੇ ਫਿਰ ਇਹਨੂੰ ਜਾਣੂ ਨਾ ਕਹਿ ਮੈਂ ਤੈਨੂੰ ਸਮਝਾਈਦਾ ਜਾਂਦੀ ਆ ਵੀ ਜਾ ਤਾਂ ਇੱਥੇ ਰਹੂਗੀ ਦਾਦਾ ਵੀ ਠੀਕ ਐ ਫੇਰ ਤਾਂ ਤੇਰਾ ਘਰ ਰਹਿ ਜੂਗਾ ਜੇ ਭਾਈ ਭੇਜੇਗਾ ਤਾਂ ਇਹਨੂੰ ਤੂੰ ਕੁਛ ਨਾ ਕੁਛ ਦੇ ਕੇ ਭੇਜਣਾ ਪਊ ਫਿਰ ਬਸ ਆਪਦਾ ਵਿਆਹ ਕਰਾ ਤੇ ਫਿਰ ਗਲੋਂਗਰਾ ਮਲਾ ਤਲਾਕ ਜਿੱਕੜਾ ਕੋਈ ਆਇਆ ਵੀ ਆਪ ਨੂੰ ਬੜਾ ਟਾਈਮ ਲੱਗਣਾ ਮੈਂ ਕਾਗਜ਼ ਲਿਆਉਣਾ ਵਕੀਲ ਤੋਂ ਬਣਾ ਕੇ ਤੂੰ ਚੁੱਪ ਚਾਵੇਂ ਤਾਂ ਧੱਕੇ ਨਾਲ ਸਾਈਨ ਕਰਾ ਲਈ ਬਸ ਤਲਾਕ ਹੀ ਤਲਾਕ ਇਧਰੋਂ ਮੈਂ ਸਾਈਨ ਕਰ ਦੂੰਗਾ ਆਪੇ ਰਹੀ ਜਾਊਗੀ ਜਦੋਂ ਕੋਈ ਕਾਰਵਾਈ ਹੋਈ ਮੂਰੇ ਕਰਦਾ ਹੈਗਾ ਚੱਲ ਕੋਈ ਨਾ ਆਪਾਂ ਇਹਨੂੰ ਦੇਖਦੇ ਆ ਵੀ ਫੋਨ ਫਾਨ ਕਰਦੀ ਆ ਪੇਕੀ ਕੇ ਨਹੀਂ ਠੀਕ ਹੈ ਕਿਹੜਾ ਵਾਰ ਉੱਤਰ ਆਉਣ ਦੇ ਮੁੜ ਕੇ ਆਪਾਂ ਆਪਦੇ ਸਾਹਿਬ ਨਾਲ ਕਰਾਂਗੇ ਗੱਲ ਫਿਰ ਆਪਾਂ ਨੂੰ ਇਹ ਕਹਿਣ ਜੋ ਅਗਰੀ ਨਹੀਂ ਵੀ ਤੁਸੀਂ ਮੈਨੂੰ ਦੱਸਿਆ ਨਹੀਂ ਠੀਕ ਹੈ ਫਿਰ ਦੇਖਦੇ ਆ ਕੀ ਬੰਦਾ ਆਹੋ ਤੇ ਨਾਲੇ ਰਾਜਪਾਲ ਦਾ ਟੱਕਰਿਆ ਉਹਨਾਂ ਨਾਲ ਐਵੇਂ ਬੋਲੀ ਹੁਣ ਜਲੂਸ ਕੱਢੀ ਆਏ ਕਿਤੇ ਨਾ ਜੇ ਉਹ ਕੁਝ ਬੋਲੂਗਾ ਫੇਰ ਤਾਂ ਗੱਲ ਵਧੂਗੀ ਬੇਬੇ ਉਹ ਤਾਂ ਬਾਈ ਬੋਲੂਗਾ ਆਪਦਾ ਪਰੇ ਦੀ ਹੋ ਕੇ ਲੰਘ ਜੀ ਬਸ ਕੋਈ ਲੋੜ ਨਹੀਂ ਇਥੇ ਕਚੀਰਾ ਕਰਨ ਦੀ ਕੋਈ ਨਹੀਂ ਮੈਂ ਕਾਲੇ ਨਾ ਰਹਿ ਕਰਦਾ ਰਾਜਪਾਲ ਦੇ ਪਾਉਂਗਾ ਮੈਂ ਅੱਖ ਚ ਤੇਲ ਮੇਰਾ ਤਾਂ ਐਵੇਂ ਦਿਲ ਕਰਦਾ ਮਰ ਜਾ ਮੈਂ ਕੁਝ ਖਾ ਕੇ ਨਾ ਮੈਂ ਇਧਰ ਲਈ ਨਾ ਉਧਰ ਲਈ ਭਾਬੀ ਆਈ ਮੇਰੇ ਕੋਲ ਬੈਠੀ ਵੀ ਨਹੀਂ 2 ਮਿੰਟ ਵੀ ਗੱਲ ਨਹੀਂ ਪੁੱਛੀ ਨਾਲੇ ਸਾਰਾ ਕੁਝ ਉਹਨੂੰ ਪਤਾ ਲੱਗ ਗਿਆ ਫਿਰ ਵੀ ਨਾਲ ਨਹੀਂ ਲੈ ਕੇ ਗਈ ਹੁਣ ਮੇਰਾ ਹੈ ਵੀ ਕੀ ਇੱਥੇ ਇਧਰ ਮੰਮੀ ਉਹ ਤੇ ਦੂਜੇ ਵਿਆਹ ਦੀ ਗੱਲ ਕਰੀ ਜਾਂਦੀ ਆ ਮੇਰਾ ਤਾਂ ਐਵੇਂ ਦਿਲ ਕਰਦਾ ਕਿ ਮੈਂ ਮੰਮੀ ਤੇ ਵੀਰੇ ਕੋਲ ਭੱਜ ਜਾ ਤੇ ਸਾਰਾ ਕੁਝ ਦੱਸਦਾ ਜਾ ਕੇ ਹੁਣ ਮੈਂ ਕਰਾਂ ਤਾਂ ਕੀ ਕਰਾਂ ਪਰ ਮੈਨੂੰ ਡਰ ਲੱਗਦਾ ਮੇਰੇ ਕਰਕੇ ਮੇਰੇ ਵੀਰੇ ਦਾ ਘਰ ਨਾ ਪਟਿਆ ਜਾਵੇ ਮੇਰੇ ਨਾਲ ਤੇ ਜਿਹੜਾ ਕੁਝ ਹੋ ਹੀ ਜਾਂਦਾ ਹੋ ਹੀ ਜਾਵੇ ਪਰ ਮੇਰੇ ਕਰਕੇ ਮੇਰੇ ਵੀਰੇ ਦਾ ਘਰ ਨਾ ਖਰਾਬ ਹੋਵੇ ਮੈਂ ਤਾਂ ਰੱਬ ਤੇ ਛੱਡ ਤਾ ਸਾਰਾ ਮੁਝ ਜਿਵੇਂ ਉਹ ਪਰੂਗਾ ਮੈਂ ਉਹ ਵਿੱਚ ਸਹਿ ਲੂੰਗੀ